ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਬੱਚਿਓ, ਅੱਜ ਅਸੀਂ ਕਿਹੜਾ ਕਿਹੜਾ ਰੰਗ ਮਿਲ ਕੇ ਵਿਸ਼ੇਸ਼ ਰੰਗ ਬਣਦਾ ਹੈ ਉਸ ਬਾਰੇ ਵਿਸਥਾਰ ਸਹਿਤ ਚਰਚਾ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਲਾਲ ਅਤੇ ਹਰਾ ਰੰਗ ਮਿਲ ਕੇ ਕਿਹੜਾ ਰੰਗ ਬਣਦਾ ਹੈ। ਜਦੋਂ ਅਸੀਂ ਹਰੇ ਅਤੇ ਲਾਲ ਰੰਗਾਂ ਨੂੰ ਮਿਲਾਉਣਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦਾ ਰੰਗ ਪ੍ਰਗਟ ਹੋਣਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਪੂਰਾ ਮਿਕਸ ਹੋਣ 'ਤੇ ਸਾਨੂੰ ਪਤਾ ਚੱਲਦਾ ਹੈ ਕਿ ਲਾਲ ਅਤੇ ਹਰਾ ਰੰਗ ਮਿਲ ਕੇ ਭੂਰਾ ਜਾਂ ਬਰਾਊਨ ਰੰਗ ਬਣਦਾ ਹੈ। ਇਸ ਤੋਂ ਬਾਅਦ ਅਸੀਂ ਹਰੇ ਰੰਗ ਦੇ ਵਿੱਚ ਕੁਝ ਪੀਲਾ ਰੰਗ ਮਿਲਾ ਕੇ ਦੇਖਦੇ ਹਾਂ ਕਿ ਇਸ ਤੋਂ ਕਿਹੜਾ ਰੰਗ ਬਣਦਾ ਹੈ। ਦੇਖੋ, ਜਦੋਂ ਪੀਲਾ ਅਤੇ ਹਰਾ ਰੰਗ ਮਿਲਾਇਆ ਜਾਂਦਾ ਹੈ ਤਾਂ ਇਸ ਦੇ ਮਿਲਣ ਨਾਲ ਸਾਡੇ ਕੋਲ ਤੋਤੇ ਰੰਗਾ ਰੰਗ ਪ੍ਰਾਪਤ ਹੁੰਦਾ ਹੈ। ਜੇਕਰ ਇਸ ਵਿੱਚ ਅਸੀਂ ਹਰਾ ਰੰਗ ਜ਼ਿਆਦਾ ਪਾ ਦੇਈਏ ਤਾਂ ਇਹ ਥੋੜ੍ਹਾ ਜਿਹਾ ਗੂੜ੍ਹਾ ਪੈਰਟ ਕਲਰ ਬਣ ਜਾਂਦਾ ਹੈ। ਇਸ ਤੋਂ ਬਾਅਦ ਦੇਖਦੇ ਹਾਂ, ਆਓ ਕਿ ਲਾਲ ਅਤੇ ਪੀਲਾ ਰੰਗ ਮਿਲਾਉਣ ਨਾਲ ਕਿਹੜਾ ਰੰਗ ਬਣਦਾ ਹੈ। ਅਸੀਂ ਸਭ ਤੋਂ ਪਹਿਲਾਂ ਲਾਲ ਰੰਗ ਲਿਆ, ਫਿਰ ਇਸ ਵਿੱਚ ਬਰਾਬਰ ਮਾਤਰਾ ਦੇ ਵਿੱਚ ਹੀ ਪੀਲਾ ਰੰਗ ਲੈ ਕੇ ਉਸ ਨੂੰ ਮਿਲਾਉਣਾ ਸ਼ੁਰੂ ਕੀਤਾ। ਅਸੀਂ ਦੇਖਦੇ ਹਾਂ ਕਿ ਇਹ ਦੋਨੋਂ ਰੰਗ ਮਿਲ ਕੇ, ਲਾਲ ਅਤੇ ਪੀਲਾ ਰੰਗ ਮਿਲ ਕੇ, ਇਹ ਸੰਤਰੀ ਰੰਗ ਜਾਂ ਔਰੇਂਜ ਕਲਰ ਬਣਦਾ ਹੈ। ਇਹਨਾਂ ਰੰਗਾਂ ਤੋਂ ਬਾਅਦ ਅਸੀਂ ਨੀਲਾ ਰੰਗ ਲੈਂਦੇ ਹਾਂ। ਨੀਲੇ ਰੰਗ ਅਤੇ ਪੀਲੇ ਰੰਗ ਦੇ ਮਿਸ਼ਰਣ ਤੋਂ ਕਿਹੜਾ ਰੰਗ ਬਣਦਾ ਹੈ, ਆਓ ਦੇਖਦੇ ਹਾਂ। ਜਦੋਂ ਅਸੀਂ ਨੀਲਾ ਅਤੇ ਪੀਲਾ ਰੰਗ ਮਿਲਾਉਂਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦਾ ਰੰਗ ਪ੍ਰਾਪਤ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ ਰੰਗ ਹੈ? ਇਹ ਰੰਗ ਹੈ ਹਰਾ। ਜੇਕਰ ਕੋਈ ਵੀ ਹਲਕਾ ਰੰਗ ਬਣਾਉਣਾ ਹੋਵੇ ਤਾਂ ਅਸੀਂ ਉਸ ਵਿੱਚ ਚਿੱਟਾ ਰੰਗ ਮਿਕਸ ਕਰ ਦਿੰਦੇ ਹਾਂ, ਮਿਲਾ ਦਿੰਦੇ ਹਾਂ। ਜਿਵੇਂ ਕਿ ਲਾਲ ਰੰਗ ਦੇ ਵਿੱਚ ਸਫੇਦ ਰੰਗ ਮਿਕਸ ਕਰਨ ਨਾਲ ਹਲਕਾ ਰੰਗ ਗੁਲਾਬੀ ਬਣ ਜਾਂਦਾ ਹੈ। ਅੱਗੇ ਦੇਖਦੇ ਹਾਂ ਇਹ ਨੀਲਾ ਰੰਗ ਅਤੇ ਲਾਲ ਰੰਗ ਮਿਲ ਕੇ ਕਿਹੜਾ ਰੰਗ ਬਣਦਾ ਹੈ। ਨੀਲੇ ਅਤੇ ਲਾਲ ਨੂੰ ਜਦੋਂ ਮਿਲਾਇਆ ਜਾਂਦਾ ਹੈ ਤਾਂ ਇਸ ਦੇ ਮੇਲ ਨਾਲ ਜਾਮਣੀ ਰੰਗ ਬਣ ਜਾਂਦਾ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿ ਲਾਲ ਅਤੇ ਨੀਲੇ ਦੇ ਮਿਸ਼ਰਣ ਦੇ ਵਿੱਚ ਕਿਹੜਾ ਰੰਗ ਬਣਦਾ ਬੇਟਾ? ਜਾਮਣੀ ਰੰਗ। ਆਓ ਅੱਗੇ ਦੇਖਦੇ ਹਾਂ ਕਿ ਜਦੋਂ ਚਿੱਟੇ ਰੰਗ ਦੇ ਵਿੱਚ ਥੋੜ੍ਹੀ ਮਾਤਰਾ ਵਿੱਚ ਕਾਲਾ ਰੰਗ ਮਿਲਾਇਆ ਜਾਂਦਾ ਹੈ ਤਾਂ ਕਿਹੜਾ ਰੰਗ ਪ੍ਰਾਪਤ ਹੁੰਦਾ ਹੈ। ਸੋ ਤੁਸੀਂ ਧਿਆਨ ਨਾਲ ਦੇਖਣਾ ਹੈ ਕਿ ਜਦੋਂ ਅਸੀਂ ਚਿੱਟੇ ਰੰਗ ਦੇ ਵਿੱਚ ਕਾਲਾ ਰੰਗ ਮਿਲਾਉਂਦੇ ਹਾਂ ਤਾਂ ਚਿੱਟੇ ਰੰਗ ਦੇ ਵਿੱਚ ਥੋੜ੍ਹੀ ਮਾਤਰਾ ਵਿੱਚ ਕਾਲਾ ਰੰਗ ਮਿਲਾਉਣ 'ਤੇ ਸਾਨੂੰ ਜੋ ਰੰਗ ਪ੍ਰਾਪਤ ਹੁੰਦਾ ਹੈ ਉਹ ਹੁੰਦਾ ਹੈ ਇਹ ਸਲੇਟੀ ਰੰਗ, ਜਿਸ ਨੂੰ ਕਿ ਅਸੀਂ ਗ੍ਰੇ ਕਲਰ ਵੀ ਕਹਿੰਦੇ ਹਾਂ। ਸੋ ਇਸ ਤਰ੍ਹਾਂ ਬੇਟਾ ਇਹ ਸਾਰੇ ਰੰਗ ਇੱਕ ਦੂਸਰੇ ਦੇ ਮਿਲਾਉਣ ਦੇ ਨਾਲ ਸਾਨੂੰ ਪ੍ਰਾਪਤ ਹੋਏ ਹਨ। ਆਸ ਕਰਦਾ ਹਾਂ ਕਿ ਤੁਹਾਨੂੰ ਰੰਗਾਂ ਬਾਰੇ ਕਾਫੀ ਜਾਣਕਾਰੀ ਹੋ ਗਈ ਹੋਏਗੀ। ਜੇਕਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ।